ਥੱਲੇ ਉਹਦਾ ਨਲਕਾ ਹੀ ਆ ਵੀਰੇ। ਚਬਾਈ ਚਬੂਈ ਵਾਲਾ ਕੰਮ ਦਾ ਨਾ ਪੰਪ ਵਾਲਾ ਸਿਸਟਮ ਹੈ ਲੈ, ਪੰਪ ਵਾਲਾ ਸਿਸਟਮ ਹੈ ਲੈ ਸੱਜਣੋ। ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਧਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਆ, ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਏ ਆ। ਇੱਕ ਦਿਖਾਵਾਂਗੇ ਜਰਸੀ, ਇੱਕ ਦਿਖਾਵਾਂਗੇ ਕ੍ਰੋਸ ਅੰਗ ਦੀ ਤੇ ਇੱਕ ਦਿਖਾਵਾਂਗੇ ਐਚ ਐਫ 'ਚ ਪੈਂਦੀ ਵੱਛੀ। ਦੋ ਤਾਜ਼ੀਆਂ ਸੂਈਆਂ ਨੇ ਤੇ ਇੱਕ ਗੱਬਣਾ। ਫਿਰ ਜਿਹੜੀ ਗੱਬਣਾ ਨਾ ਪਹਿਲਵਾਨਾਂ ਵਾਂਗੂ ਇਹ ਤੁਰਦੀ ਆ ਗੈਰੀ, ਜਿਵੇਂ ਫਿਰ ਭਲਵਾਨਾਂ ਵਾਲੀ ਤੋਰ ਹੁੰਦੀ ਆ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ, ਰੇਟ ਤਿੰਨਾਂ ਦਾ ਵੀਡੀਓ 'ਚ ਕਰਾ ਦੂੰਗਾ, ਰੇਟ ਕਰਾਊਂਗਾ ਬਾਈ ਤੋਂ ਫਿਕਸ ਫਿਕਸ ਜਾ। ਤਕਰੀਬਨ ਜਿੰਨੀਆਂ ਕੁ ਵੀਡੀਓ ਹੁਣ ਬਣਾਇਆ ਕਰਾਂਗੇ ਆਪਾਂ, ਗੱਲਬਾਤ ਪਹਿਲਾਂ ਕਰ ਲਿਆ ਕਰਾਂਗੇ ਵੀ ਜਿਹੜਾ ਰੇਟ ਆ ਰੇਟ ਫਿਕਸ ਦੇ ਏੜ ਗੇੜੀ ਕਰ ਦਿਆ ਕਰਾਂਗੇ। ਤੁਹਾਡਾ ਨਾ ਲੈਣ ਦੇਣ ਵਾਲਾ ਜਿਹੜਾ ਸੌਦਾ ਗਾ ਉਹ ਆਪਾਂ ਜਮੀ ਸੌਖਾ ਕਰ ਦਾਂਗੇ ਕੰਮ। ਆ ਜਾ ਸੁਖਵਿੰਦਰ, ਫਿਰ ਹੋਰ ਕਿਵੇਂ ਆ? ਸਤਿ ਸ਼੍ਰੀ ਅਕਾਲ ਵੀਰੇ। ਚੜ੍ਹਦੀ ਕਲਾ ਬਹੁਤ ਵਧੀਆ ਜੀ, ਬਹੁਤ ਵਧੀਆ। ਓਕੇ ਦੀ ਰਿਪੋਰਟ ਆ, ਬਹੁਤ ਕਿਰਪਾ ਮਾਲਕ ਦੀ ਵੀਰੇ। ਕਿਹੜੇ ਪਾਸੋਂ ਕਰੀ ਸ਼ੁਰੂ? ਫਿਰ ਜਿੱਧਰੋਂ ਮਰਜ਼ੀ ਕਰ, ਇੱਧਰ ਸੂਈ ਬਾਈ ਤੋਂ ਕਰ, ਇੱਥੋਂ ਕਰ। ਹਾਂ ਆ ਜਾ ਗੈਰੀ, ਲਿਆ ਕੈਮਰਾ ਨੇੜੇ, ਪਹਿਲਾਂ ਦੇ ਆਰਡਰ ਤੇ ਕੈਮਰਾ ਮਾਰ ਯਾਰ। ਅਗਲੀ ਗੱਲ ਕਰਾਂਗੇ ਫਿਰ, ਇੱਥੋਂ ਦਿਖਾ ਆਰਡਰ ਕੁਆਲਿਟੀ। ਫਾੜੀ ਵਾਲਾ ਆਰਡਰ ਆ ਗਿਆ ਤੇ ਥਣ ਦਾ ਸਾਈਜ਼ ਵੀ ਬਾ ਕਮਾਲ ਹੈ, ਫੁੱਟ ਫੁੱਟ ਤੇ ਥਣ ਲੱਗਿਆ ਵੀਰੇ ਗੁਰੀ ਇਹਦਾ। ਸਵਾਲ ਵੀ ਬਾਈ, ਕਲੂਣ ਦਾ 23-24 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦਿੱਤਾ ਹੋਇਆ। ਦੂਜਾ ਸੂਆ, ਦੂਜਾ ਸੂਆ ਤੋਰ ਚੋਬਰਾ ਖੋਲ ਕੇ, ਅਤੋਰੋ ਤੋਰ ਖੋਲ ਕੇ ਇਹਨੂੰ ਅਗਲੇ ਬੰਨੇ ਵੀ ਦਿਖਾ ਦੇ ਗਰੀ ਥਣ ਦਾ ਸਾਈਜ਼ ਇਧਰੋਂ। ਬਹੁਤ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਣ ਲੱਗਿਆ ਹੋਇਆ, ਸਵਾਦ ਹੀ ਠੰਡੀ ਆ ਇੱਥੋਂ। ਮੈਂ ਕਿਹਾ ਬੇਫਿਕਰ ਹੋ ਕੇ ਬੈਠਾ ਰਿਹਾ ਯਾਰ, ਦੋਹਾਂ ਪਾਸੇ ਬਹਿ ਕੇ ਜੋਈ ਜਾਵੇ ਚਾਹੇ ਬੰਦਾ। ਇਹਦੀ ਤਾਰੇ ਦਿਖਾ, ਰੂੰ ਵਰਗੀ ਪੋਲੀ ਆ ਐਸੀ ਯਾਰ, ਚਵਾਈ ਨਹੀਂ ਦੇਖੀ ਮੈਂ ਅੱਗੇ, ਗਰਲੈਂਡੋ ਵਾਲੀ ਚਵਾਈ ਲੱਗੀ ਹੋਈ ਆ। ਹਾਂਜੀ ਹਾਂ, ਗਰਲੈਂਡੋ ਵਾਲੀ ਚਵਾਈ ਲੱਗੀ ਆ ਵੱਛੀ ਨੂੰ, ਨਾਲੇ ਆਪਾਂ ਵਾਲੀ ਖੋਲਾ ਲੱਗੀ ਖੋਲਾ ਤੋੜ ਚਵਾਈ, ਦੇ ਐਂਡ ਕੰਮ ਹੀ ਆ ਲਾ ਤੋੜ ਖੋਲ ਕੇ ਵੀ। ਕਦੋਂ ਸੂਈ ਆ ਬਾਈ? ਯਾ ਸਵੇਰ ਦੀ ਸੂਈ ਆ ਜੀ, 10-11 ਵਜੇ ਦੀ ਜੀ। ਜੇਰ ਜੱਪਾ ਡਨ? ਹਾਂ, ਜੇਰ ਵਗੈਰੇ ਨੂੰ ਜੇਰ ਪਈ ਨੂੰ ਹੋ ਗਿਆ 1 ਘੰਟਾ। ਜੇਰ ਜੱਪਾ ਬਾਈ ਕਹਿੰਦਾ ਡਨ ਆ, ਪਰ ਜਿਹੜਾ ਆਰਡਰ ਦੀ ਸ਼ੇਪ ਰੱਖਦੀ ਆ ਨਾ, ਥਣ ਦਾ ਸਾਈਜ਼ ਰੱਖਦੀ ਆ ਵੱਛੀ, ਕੰਪੈਕਟ ਆਰਡਰ ਰੱਖਣਾ ਇਹਨੇ, ਟੁੱਟਦਾ ਨਹੀਂ ਹੈਗਾ ਚਾਹੇ ਬੰਦਾ 10 ਸੂਏ ਚੂਲੇ ਇਹਨੂੰ, ਬਾ ਕਮਾਲ ਹੀ ਰੱਖੂਗੀ। ਹਾਂ, ਲੱਕੜ ਬਹੁਤ ਮਜ਼ਬੂਤ ਲੱਗੀ ਹੈ ਇਹਦੇ, ਸਰੀਰ ਦੀ ਮੰਤਰ ਹੈ ਜਿਹੜੀ ਬਹੁਤ ਚੰਗੀ ਹੈ। ਇੱਥੇ ਕਿਹੜਾ ਹੋਰ ਰੋਕ ਲਾ, ਇੱਥੇ ਜੇ ਰੋਕ ਲਾ, ਇੱਥੋਂ ਗਰੀ ਫੇਸ ਕੁਆਲਿਟੀ ਤੇ ਮਾਰ ਦੇ ਕੈਮਰਾ ਤੇ ਸਵਾ ਸੋਨੂੰ ਨਾ ਉਰੇ ਇਹਦਾ ਕਿਹੜਾ ਹੋਰ ਦਿਖਾ ਦੇਣਾ ਵੀ ਠੰਡੀ ਸੀਲ ਕਿੰਨੀ ਕਰ ਬੈਣ। ਸਵਾ ਦੀ ਆ ਗਈ ਬਿਲਕੁਲ ਠੰਡੀ ਸੀਲ ਤੇ ਥਣ ਦਾ ਸਾਈਜ਼ ਆ ਜਿਹੜਾ ਬਾ ਕਮਾਲ ਰੱਖਦੀ ਆ। ਲੱਤਾਂ ਦੀ ਵੀ ਬਹੁਤ ਮਜ਼ਬੂਤ ਆ, ਸਰੀਆਂ ਵਰਗੀਆਂ ਲੱਤਾਂ ਲੱਗੀਆਂ। ਆ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ, ਕਈ ਵਾਰੀ ਸਾਡੇ ਸਮਾਨ ਤੋਂ ਡਰ ਜਾਂਦਾ ਪਸ਼ੂ। ਤੇ ਜਿਹੜਾ ਗੈਪ ਆ, ਗੈਪ ਥਣਾਂ ਦਾ ਬਹੁਤ ਆਗਲ ਆ, ਇੱਥੇ ਬਹਿ ਕੇ ਤਾਰਾ ਮਾਰ ਦੇ ਜੇ ਪੁੱਠੇ ਪਾਸੇ ਬਹਿ ਕੇ। ਮੈਂ ਕਿਹਾ ਜੇ ਦੋਹਾਂ ਪਾਸੇ ਬਹਿ ਕੇ ਮਾਰ ਲਾ, ਜਿਵੇਂ ਮਰਜ਼ੀ ਮਾਰੀ ਜਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਥੋੜਾ ਜਿਹਾ ਉਦਾਂ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਸਮਾਨ ਤੋਂ ਡਰਦੀ ਆ ਸਾਡੇ ਤੋਂ ਥੋੜਾ ਜਿਹਾ। ਆ ਲੈ ਚੱਲ, ਐਂ ਦੀ ਕਿਹੜਾ ਕਿਹੜਾ ਵੀ ਕਿਹੜਾ ਲੈ ਚੱਲ, ਲੰਬੀ ਲੈ ਜਾ। ਥਣਾਂ ਦਾ ਗੈਪ ਵੀ ਬੜਾ ਸੋਹਣਾ ਰੱਖਦੀ ਆ ਤੇ ਥਣ ਦਾ ਜਿਹੜਾ ਸਾਈਜ਼ ਆ, ਸਾਈਜ਼ ਵੀ ਯਾਰ ਹੱਥੀ ਚਵਾਈ ਵਾਲਾ, ਚਾਰੇ ਪੱਖਾਂ ਤੋਂ ਬਹੁਤ ਚੰਗੀ ਆ ਵੀਰੇ। ਇੱਥੋਂ ਗਹਿਰੀ ਲੰਬਾਈ ਦਿਖਾ ਦਿਓ, ਹੌਲੀ ਹੌਲੀ। ਹਾਂ ਹੌਲੀ 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 ਕਮਾ ਕੇ ਲੈ ਚੱਲ, ਲੈ ਚੱਲ। ਉਧਰਲੇ ਬੰਨੇ ਆਰਡਰ ਆ ਗਿਆ ਫੁੱਲ ਠੋਸ ਕਮਾਲਾ ਬਾਈ, ਇੱਥੋਂ ਲੈ ਚੱਲ ਬੱਚੇ ਦੀ, ਗਰਮੀ ਕੱਟਣ ਵਾਲੀ ਚੀਜ਼ ਆ। ਹਾਂ, ਤਾਰਾਂ ਤੁਹਾਨੂੰ ਇਹਦੀਆਂ ਮਾਰ ਕੇ ਜ਼ਰੂਰ ਦਿਖਾਵਾਂਗੇ, ਹੌਲੀ ਲੈ ਕੇ। ਕਈ ਵਾਰੀ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੋਈ, ਆਨਲਾਈਨ ਵੀ ਆਜੂਗੀ। ਥੋੜਾ ਜਿਹਾ ਹੌਲੀ ਤੋਰ ਦੇ ਜੋ ਭਰਾ, ਆਰਡਰ ਐਂ ਲੈ ਕੇ ਤੁਰਦੀ ਆ ਜਿਵੇਂ ਗਰਲੈਂਡੋ ਗਾਵਾਂ ਲੈ ਕੇ ਤੁਰਦੀ। ਹਾਂ, ਰਿੰਗ 'ਚ ਤੁਰਦੀਆਂ ਨੇ ਵੀਰੇ ਬਹਿਣਾ ਇਹੋ ਜਿਹੀਆਂ। ਬੱਚਾ ਕੀ ਹੈ ਨਾਲ ਦੀ? ਬੱਚਾ ਮੇਲ ਆ ਵੀਰੇ। ਆ ਨਾਲ ਆ ਗਿਆ ਮੇਲ ਕਾਫ ਤੇ ਸੁਭਾਅ, ਜਿਹੜਾ ਸੁਭਾਅ ਬੈਠ ਦਾ ਇਹਦੀ ਚਮਕ ਚਮਕ ਬਹੁਤ ਆ ਸਰੀਰ 'ਚ, ਮੰਨ ਲਓ ਵੀ ਹਜੇ ਨਮਾਈ ਧਮਾਈ ਨਹੀਂ ਤਾਜੀ ਸੂਈ ਕਰਕੇ, ਠੀਕ ਆ, ਬਹੁਤ ਜੈੱਟ ਬਲੈਕ ਆ ਉੱਪਰੋਂ ਇਹ। ਪਹਿਲਾਂ ਦਾ ਕੀ ਰਿਕਾਰਡ ਦੱਸਿਆ ਤਾਂ ਵੀਰੇ? 22-23 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦਿੱਤਾ। ਹਾਂ ਹਾਂ, ਜੇ ਐਂ ਬੱਚਾ ਵੀ ਨਾ ਛੱਡ ਬਾਈ ਯਾਰ, ਚਾਹੇ ਇੱਧਰ ਦੀ ਬਹਿ ਕੇ ਮਾਰ ਦੇ, ਦੂਜੇ ਬੰਨੀ ਬਹਿ ਯਾਰ। ਮੈਂ ਦੋਏ ਬੰਨੇ ਬਹਿ ਕੇ ਦਿਖਾ ਦੇਣਾ ਤਾਰਾ ਮਾਰ ਕੇ ਜੀ। ਥੱਲੇ ਉਹਦਾ ਨਲਕਾ ਹੀ ਆ ਵੀਰੇ। ਚਬਾਈ ਚਬੂਈ ਵਾਲਾ ਕੰਮ ਦਾ ਨਾ ਪੰਪ ਵਾਲਾ ਸਿਸਟਮ ਹੈ ਲੈ, ਪੰਪ ਵਾਲਾ ਸਿਸਟਮ ਹੈ। ਚਬਾਈ ਦੀ ਨਹੀਂ ਘਾਟ ਹੈਗੀ ਕਿਸੇ ਵੀ, ਜਿਵੇਂ ਮਰਜ਼ੀ
ਪੈਸੇ ਦੇ ਸਿਲੰਡਰ ਕਿੰਨੇ ਲਵਾਂਗੇ ਜੀ? ਇਹ ਤਾਂ 83,000 ਰੁਪਇਆ ਲੈ ਲਾਂਗੇ। ਮਾਣ ਕੋਈ ਗੱਲ ਨਹੀਂ, ਕਰ ਦਾਂਗੇ ਜੀ 500 ਦਾ ਕਰ ਦਾਂਗੇ, 1000 ਦਾ ਕਰ ਦਾਂਗੇ, 1000 ਦਾ ਕਰ ਦਾਂਗੇ, 1000 ਦਾ ਕਰ ਦਾਂਗੇ, ਪਰ ਬਾਲਾ ਨਹੀਂ ਹੋਣਾ ਪੈਸਾ ਇਹੋ ਜਿਹਾ ਕੁਛ। ਤੁਹਾਡੇ ਵਾਸਤੇ ਇਹ ਬੈੱਡ ਮਿਲੂਗੀ 82,000 ਦੀ, ਕੁਆਲਿਟੀ ਤੁਹਾਨੂੰ ਦਿਖਾਤੀ, ਲੱਕੇ ਰਾਂ ਇਹਦੇ ਥੱਲੇ ਤੁਹਾਨੂੰ ਹੋਰ ਬਹਿ ਕੇ ਦਿਖਾ ਦਾਂਗੇ। ਮੈਂ ਕਿਹਾ ਥੱਲੇ ਤਾਂ ਚਾਹੇ ਬੇਫਿਕਰ ਹੋ ਜਾ ਯਾਰ, ਮਿੰਦੇ ਝੱਟੇ ਬੈਠੀ ਚੱਲ ਪਈ ਆ, ਜਿੰਨੀ ਵਾਰੀ ਮਰਜ਼ੀ ਬਹਿ ਜਾਓ ਯਾਰ, ਬੱਚੇ ਚੋਲਣ ਬੰਦੇ ਚੋਲਣ ਕੋਈ ਦਿੱਕਤ ਨਹੀਂ, ਜਵਾਕ ਚੋਈ ਜਾਣਾ ਇੰਦ ਗੱਲਬਾਤ ਹੀ ਆ, ਦਿੱਕਤ ਵਾਲੀ ਗੱਲ ਹੀ ਨਹੀਂ ਆ, ਕੱਦ ਵੱਡ ਦੇ ਮਾਮਲੇ 'ਚ ਤੇ ਸੁਭਾਅ ਦੇ ਮਾਮਲੇ 'ਚ ਕੋਈ ਛੋਟੀ ਨਾ ਸਮਝੇ ਵੀਰੇ, ਕੋਈ ਬੰਦਾ ਆਪਾਂ ਨੂੰ ਐਂ ਦੇਖ ਲਓ ਫੁੱਲ ਹਾਈਟ ਆ, ਛਾਤੀ ਤੱਕ ਆਉਂਦੀ ਆ, ਆ ਫਿਕਸ ਜੀ ਬਾਈ ਕਹਿੰਦਾ 82 ਦੀ ਦੇਣੀ ਆ, ਇਹ 'ਚੋਂ ਮਾੜੀ ਮੋਟੀ ਛੋਟੀ ਹੋਊਗੀ 100-200 ਰੁਪਏ, ਜ਼ਿਆਦਾ ਗੱਲ 'ਚ ਹੁਣ ਫਰਕ ਨਹੀਂ। ਨਾ ਨਾ ਜ਼ਿਆਦਾ ਆਪਾਂ ਫਰਕ ਰੱਖੀ ਨਹੀਂ ਵੀਰੇ, ਐਵੇਂ ਜ਼ਿਆਦਾ ਫਰਕ ਵਾਲਾ ਸੀਨ ਨਹੀਂ ਹੈਗਾ, ਤੇ ਹੁਣ ਗੈਰੀ ਮਾਰਦੇ ਕੈਮਰਾ 2 ਨੰਬਰ ਵਾਲੀ ਤੇ ਥਣ ਦਾ ਸਹਿਜ, ਉਹਦਾ ਵੀ ਦਿਖਾ ਦੇ ਦਿੰਦਾ, ਉਹਦੇ ਵੀ ਮਾਰਦੇ ਕੈਮਰਾ, ਇਹਦਾ ਵੀ ਬਹੁਤ ਚੰਗਾ ਥਣ ਲੇਵਾ ਲੱਗਿਆ ਵੀਰੇ, ਢੋਰ ਚੋਬਰਾ ਖੋਲ ਕੇ ਸੂਆ ਕਿਹੜਾ ਦਾ, ਸੂਆ ਇਹਦਾ ਦੂਸਰਾ ਵੀਰੇ ਗੁਰੀ, ਇਹ ਕੱਲ ਦੀ ਸੂਈ ਹੈ ਜੇ ਸਵੇਰੇ ਬੋਲਣ ਚੋਂ ਖਾਲੀ ਆ ਜਾਵਾਂ, ਸਵੇਰੇ ਬੋਲੇ ਚੋਂ ਬਾਈ ਕਹਿੰਦਾ ਖਾਲੀ ਆ, ਕੱਲ ਦੀ ਸੂਈ ਆ, ਜੇਰ ਚ ਪਾਣਾ ਜੇਰ ਵਗੈਰਾ ਦੀ ਡਾਣਾ ਆਪਣੇ ਕੋਲੇ ਵੀਡੀਓ ਬਣੀ ਹੋਈ ਆ, ਠੀਕ ਆ ਗੱਲ, ਇਹ ਵੀ ਕਰਾਉ ਸੰਗ ਚ ਆ ਗਈ, ਜਿਵੇਂ ਆਪਾਂ ਕਿਲੇ ਗਰਮੀ ਚੱਲਣ ਵਾਲੀ ਬੈਠ ਆ ਗਈ, ਥੋੜਾ ਹਾਂ ਜਰਸੀ ਦੇ ਨਾਲ ਕਰਾਉ ਚ ਥੋੜਾ ਥੋੜਾ ਜਿਹਾ ਦੂ ਚਾ ਡੰਗ ਜਿਨੇ ਚ, ਠੀਕ ਆ ਗੱਲ, ਆ ਲੈ ਚੱਲ ਬਈ ਇਹਨੂੰ, ਲੇਵੇ ਲੂਵੇ ਦੀ ਬੰਤਰੇ ਦੀ ਵੀ ਬਹੁਤ ਸੋਹਣੀ ਆ ਵੀਰੇ, ਅਲਵੇ ਬੋਲੇ ਚ ਬਾਈ ਕਹਿੰਦਾ ਖਾਲੀ ਆ, ਲੇਵੇ ਦਾ ਡਿਜ਼ਾਈਨ ਤੁਹਾਡੇ ਸਾਹਮਣੇ ਆ, ਥਣ ਦਾ ਸਾਈਜ਼ ਸੋਹਣਾ, ਹੱਥੀ ਚਵਾਈ ਵਾਲਾ, ਇਹ ਬੋਲੇ ਚੋਂ ਖਾਲੀ ਹੁੰਦੀ 12 13 ਕਿਲੋ ਤੋਂ ਹੁਣ ਸਟਾਰਟਿੰਗ ਅੱਜ ਸਵੇਰ ਤੋਂ ਵੀਰੇ ਇਹਦੀ, ਠੀਕ ਆ ਗੱਲ, ਹਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਵੀਰੇ? ਇਹ 17 18 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦੇ ਦੇਣਾ ਇਹਨੂੰ, ਠੀਕ ਆ ਗੱਲ, ਤੇ ਗਰਮੀ ਕੱਟਣ ਵਾਲੀ ਆ, ਚਾਹੇ ਧੁੱਪੇ ਬੰਨ ਕੇ ਚੋਲੇ ਬੰਦਾ, ਅੱਲੇ ਆ ਉਹਦੇ ਬੰਨੇ ਲਿਆ, ਥੋੜਾ ਜਿਹਾ ਹੌਲੀ ਲੈ ਕੇ ਚੱਲ, ਗਾਂ ਵਾਲੇ ਬੰਨੇ ਰਿਆ ਕਰ ਬੈਠ ਦੇ, ਇਹ ਬੰਦਾ ਨਵਾਂ ਤੁਹਾਡਾ, ਥੋੜਾ ਜਿਹਾ ਬੰਦਾ ਥੋੜਾ ਜਿਹਾ ਨਵਾਂ ਆਇਆ ਇਹ, ਲਿਆ ਬਈ ਲੈ ਚੱਲ, ਬੱਚੇ ਦੇ ਕੋਈ ਗੱਲ ਨੀ, ਪਰੇਸ਼ਾਨ ਨਾ ਕਰ, ਲੈ ਜਾ ਆ, ਬੱਚੇ ਦੀ ਜਾਊਗੀ ਹੈ ਨਾ, ਬੱਚੇ ਦੀ ਜਾਊ ਜੀ, ਬੱਚੇ ਦੀ ਜਾਊ, ਉਹਦੀ ਮਸਤ ਵੱਧਾ, ਇੱਥੇ ਜਾਣਦੇ ਮਸਤ ਫੁੱਲ ਆ, ਇਹੀ ਜੀ ਗੱਲ ਨਹੀਂ, ਖੂਨ ਪਸੀਨੇ ਵਾਲੀ ਆ, ਇਹ ਬੰਨਦੇ ਚੋਬਰਾ ਵਜੂਦ ਵਾਲੀ ਵੱਛੀ ਆ ਜਾਨ ਵਾਲੀ, ਤੇ ਇਦੋਂ ਬਾਅਦ ਸਾਨੂੰ ਜਰਸੀ ਦਿਖਾਉਣੀ, ਤੇ ਠੰਡੀ ਸੀ ਲਾ ਕੋਈ, ਨਾ ਧਾਰਾ ਮਾਰ ਕੇ ਦਿਖਾਉਣੇ ਆਪਾਂ, ਹਾਂ ਬੱਚਾ ਲਾ ਦੇ ਲਾ, ਮਾਰ ਦੇ ਧਾਰਾ, ਬੱਚਾ ਲਾ ਦੇ, ਠੰਡ ਇੱਕ ਐਸਾ ਮਾਰਿਆ ਬਈ ਗੁਰੀ ਕੱਢ, ਠੰਡ ਦਾ ਸਾਈਜ਼ ਝੋਟੀਆਂ ਨਾਲ ਦਾ ਆ, ਲੈ ਮਾਰ ਦੇ ਧਾਰਾ ਬਈ, ਮੈਂ ਮੱਝਾਂ ਨਾਲ ਦੀ ਆ ਵੀਰੇ ਯਾਰ, ਇੱਕ ਗੱਲ ਹੋਰ ਆ, ਧਾਰਾ ਦੋਏ ਪਾਸੇ ਬਹਿ ਕੇ ਮਰਵਾਉਂਦੀ ਆ ਬਿਨਾਂ ਨਿਆਣੇ ਤੋਂ, ਚਵਾਈ ਇਹਦੀ ਹੈਗੀ ਆ ਮੱਝਾਂ ਨਾਲ ਦੀ, ਬਿਲਕੁਲ ਫੋਕੀ ਆ, ਇੱਥੋਂ ਦਿਖਾ ਗਿਆ, ਲੱਤਾਂ ਕੱਢ ਕੇ ਖੜ ਜਾਂਦੀ ਆ, ਚਵਾਈ ਦੀ ਵੀ ਬਾਲੀ ਫੋਕੀ ਆ, ਤੇ ਸਵਾਦ ਆ ਦਾ ਯਾਰ ਕਿਆ ਕਹਿਣਾ, ਖਾਣ ਪੀਣ ਦੀ ਖੁੱਲੀ ਆ, ਸਵਾਦ ਦੀ ਠੰਡੀ ਆ, ਛੱਡ ਦੇ ਬਈ, ਇਹਦੇ ਕਿੰਨੇ ਪੈਸੇ ਲੈ ਲਾਂਗੇ ਸਤਾਦ? ਇਹਦਾ 63,000 ਰੁਪਇਆ ਲੈ ਲਾਂਗਾ, ਫਿਕਸ ਜਾ, ਫਿਕਸ ਜੀ, ਠੀਕ ਆ ਗੱਲ, ਹਾਂ ਕੋਈ ਨਾ ਛੋੜ ਛੱਪਾ ਕਰ ਦਾਂਗੇ, ਚੋ ਪਰ ਬਾਲਾ ਨਹੀਂ ਹੋਣਾ ਹੈਗਾ, ਆਪਾਂ ਜ਼ਿਆਦਾ ਮੰਗੀ ਨਹੀਂ ਹੈਗੇ ਵੀਰੇ, ਬਾਈ ਕਹਿੰਦਾ ਕਰ ਦਾਂਗੇ ਬੋਲੇ ਚੋ ਸਾਫ, ਥਣ ਦਾ ਸਾਈਜ਼ ਦਿਖਾ ਦੇ ਗਰੀ, ਐਡਾ ਕਮਾਲ ਦਾ ਬਣਾਉਂਦੀ ਆ, ਇੱਥੋਂ ਆਰਡਰ ਕੁਆਲਿਟੀ ਕਰਾ ਦੇ, ਚੈੱਕ ਖਾਲੀ ਆ, ਜਦੋਂ ਭਰੂਗੀ ਬੈਠ ਥੱਲਿਓ, ਬਾਲੀ ਸੋਹਣੀ ਬਣੀ ਹੋਈ ਸੀ ਵੀਰੇ, ਆਪਣੇ ਕੋਲੇ ਤਾਜੀ ਸੂਈ ਦੀ ਵੀਡੀਓ ਬਣੀ ਹੋਈ ਹੈਗੀ, ਇਹ ਹੋ ਜੂਗੀ 63,000 ਰੁਪਏ ਦੀ, ਤੇ ਹੁਣ ਮਾਰਦੇ ਘਰੀ ਇਧਰਲੇ ਬੰਨੇ, ਇਹ ਤੇ ਮਾਰਦੇ ਜਰਸੀ ਚ ਆਉਂਦੀ ਆ, ਇਹ ਜੇ ਗੱਲ ਕਰ ਲਈਏ 90%, ਹਾਂ ਜਰਸੀ ਚ ਵੀਰੇ, ਪਰ ਝੋਲੀ ਝੋਲੀ HF ਨੂੰ ਵੀ ਭੈੜੀ ਲੱਗੀ ਆ, ਤੋਰ ਖੋਲ ਕੇ ਤੂੰ ਹੀ ਤੋਰੇ ਨੂੰ ਫਿਰ ਟਕਾਈ ਨਾ ਤੋਰੀ, ਮਾੜਾ ਆ ਗਈ ਜਰਸੀ ਦੇ ਵਿੱਚ ਹੀ 90% ਜਰਸੀ ਚ ਆ ਗਈ, 10% ਕਹਿ ਸਕਦੇ ਆਪਾਂ, ਪਰ ਜਦੋਂ ਤੁਰੂਗੀ ਉਦੋਂ ਤੁਹਾਨੂੰ ਆਪੇ ਦੱਸ ਦੂਗੀ, ਉਹ ਤਾਂ HF ਦਾ ਭੁਲੇਖਾ ਪਾਉਂਦੀ ਆ, ਪਹਿਲਵਾਨਾਂ ਵਾਲਾ ਸਿਸਟਮ ਹੀ ਆ, ਇਹ ਕਿੰਨੇ ਕੁ ਦਿਨ ਕੱਢ ਦੂ ਬਾਈ? ਇਹ ਵੀਰੇ ਹਜੇ ਲੈ ਸਕਦੀ ਆ ਯਾਰ, 2-4 ਦਿਨ ਤਾਂ ਲੈ ਜੂ ਬੜੇ ਆਰਾਮਦਾਰੀ ਦੇ ਨਾਲ, ਆਰਡਰ ਬਣਾਊਗੀ ਚੌੜਾ, ਹਾਂ ਆਰਡਰ ਤਾਂ ਬੈਠਿਆ ਕੀ ਜਾਣਾ ਹੈ ਤੂੰ, ਆਰਡਰ ਬਣਾਊ ਫੁੱਲ ਚੌੜਾ ਤੇ ਗੁਲਾਬੀ ਕਲਰ ਦੇ ਥਾਣੇ ਚਾਰੇ, ਆਰਡਰ ਸੋਹਣਾ ਬਹੁਤ ਰੱਖਦੀ ਆ ਯਾਰ, ਕੱਦ ਕਾਠ ਵਾਲੀ ਬੈੜਾ, ਵਜਨ ਵਜੂਦ ਵਾਲੀ ਆ, ਗਰਮੀ ਦਾ ਤੋਹਫਾ ਹੀ ਆ, ਇੱਕ ਫਰਿੱਜ ਵਾਲਾ ਕੰਮ ਆ,
ਤਿੰਨ ਵਾਰੀ ਚੋ ਲਿਓ, ਦੋ ਵਾਰੀ ਚੋ ਲਿਓ। ਇਹਦਾ ਕਲੋਨ ਨਹੀਂ ਵੀਰੇ, 24-25 ਕਿਲੋ ਦੁੱਧ ਦਿੱਤਾ ਹੋਇਆ। ਘੁਮਾ ਦੇ ਕੇਰਾਂ ਹੋਰ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ, ਬਾਕੀ ਦੁੱਧ ਸੱਜਣੋ ਤੁਹਾਡੀ ਸੇਵਾ ਦਾ ਹੁੰਦਾ, ਪਸ਼ੂ ਦਿਖਾਉਣ ਦਾ ਕੰਮ ਮੇਰਾ ਹੁੰਦਾ ਤੁਹਾਨੂੰ, ਤੇ ਤੁਸੀਂ ਆਪਦੀ ਜੱਜਮੈਂਟ ਨਾਲ ਖਰੀਦਣਾ ਹੁੰਦਾ ਵੀ ਆਪਣੇ ਘਰੇ ਆ ਕੇ ਇਹ ਕਿੰਨਾ ਕੁ ਪਾ ਦੂਗੀ। ਬੰਦਾ ਇਹਦੇ ਖਵਾਉਣ ਪਿਆਉਣ ਵਾਲਾ ਚਾਹੀਦਾ, ਜਿੰਨਾ ਮਰਜ਼ੀ ਦੁੱਧ ਲੈ ਲੇ, ਫੈਂਟ ਵਾਲਾ ਦੂਣ ਵਾਲੇ। ਇਹ ਇੱਥੇ ਰੋਕ ਲਈ, ਸੁਭਾਅ ਦੀ ਕਿਵੇਂ ਆ? ਬਾਹਲੀ ਠੰਡੀ ਆ। ਠੰਡੀ ਸੀ ਲੈ, ਮਹਾ ਜਿਵੇਂ ਮਰਜ਼ੀ ਬੈਠਾ ਰਹੇ ਥੱਲੇ। ਠੀਕ ਆ ਗੱਲ। ਇਹ ਥਾਣਾ ਦਾ ਗੈਪ ਵੀ ਬਹੁਤ ਸੋਹਣਾ ਰੱਖਦੀ ਹੈ, ਤੇ ਆਰਡਰ ਦਾ ਜਿਹੜਾ ਰੰਗ ਆ, ਰੰਗ ਵੀ ਬਹੁਤ ਸੋਹਣਾ, ਤੇ ਬਾਕੀ ਉਦਾਂ ਵੀ ਚਮਕ ਵਾਲੀ ਵੱਛੀ ਆ ਗਈ, ਗਰਮੀ ਗੁਰਮੀ ਮੰਨਣ ਵਾਲੀ ਨਹੀਂ ਹੈਗੀ। ਚਾਹੇ ਧੁੱਫੇ ਬੰਨ ਕੇ ਜਦੋਂ ਤੁਸੀਂ ਸੀਮਨ ਲਵਾਓਗੇ, ਜਰਸੀ ਦਾ ਪਿਓਰ ਬੱਚਾ ਪਾ ਦੂਗੀ 100 ਦਾ 100, ਜਿਹੋ ਜਿਹੀ ਮਰਜ਼ੀ ਬੱਚੇ ਲੈ ਸਕਦਾ। ਕੱਦ ਕਾਰਡ ਚ ਲੈ ਚੱਲ ਬਈ, ਇਹਨੂੰ ਆਰਡਰ ਵੀ ਫੁੱਲ ਖੁੱਲਾ, ਕਿਉਂਕਿ ਇਹ ਚੀਜ਼ਾਂ ਲੋਕਾਂ ਵਾਲੀਆਂ ਨਹੀਂ ਹੈਗੀਆਂ, ਸਾਹਮਣੇ ਨੇ ਚੀਜ਼ਾਂ। ਬਾਡੀ ਦੀ ਵੀ ਸੋਹਣੀ ਆ, ਚੜਾਈ ਵਾਲੀ ਆ ਬਾਡੀ ਦੀ, ਤੇ ਥਣ ਰੱਖਦੀ ਆ ਮੱਝਾਂ ਨਾਲ ਦਾ, ਸੋਹਣਾ ਥਣ ਰੱਖਦੀ ਆ, ਮੁੱਠੀ ਦੀ ਚਵਾਈ ਵਾਲਾ, ਮੋਟੀ ਚਵਾਈ ਦੀ ਬੈੜ ਬਣੂਗੀ ਫੁੱਲ। ਬੈੜਾਂ ਤਾਂ ਗੁਰੀ ਬਹੁਤ ਹੋਰ ਵੀ ਦੇਖੀਆਂ, ਪਰ ਇਹਦੇ ਨਾਲ ਦੀ ਝੋਲੀ ਨਹੀਂ ਦੇਖੀ ਕਦੇ ਕਿਸੇ ਦੀ। ਹਾਂ ਝੋਲੀ ਬਹੁਤ ਆ ਬੈੜ ਦੀ, ਇੱਥੋਂ ਦਿਖਾ ਦੀ ਗਰੀ ਅਗਲੇ ਬੰਨੇ। ਹਾਂ ਇੱਥੋਂ ਕਰਾ ਦੇ ਚੈੱਕ, ਤੇ ਬਾਕੀ ਉਦਾਂ ਆ ਗਈ ਚਮਕ ਵਾਲੀ, ਜੇ ਗੱਲਬਾਤ ਕਰ ਲਈਏ ਚਮਕ ਚ ਆ ਗਈ, ਤੇ ਆਰਡਰ ਸੋਹਣਾ ਰੱਖਦੀ ਆ ਲੈ। ਕਿਵੇਂ ਮਰਜ਼ੀ ਯਾਰ, ਦੋਹਾਂ ਪਾਸੇ ਬੈਠੇ ਬਾਈ, ਜਮਾ ਬਰਫ ਵਰਗੀ ਨਿਕਲੂ ਜਮਾ। ਇੱਥੋਂ ਹਜੇ ਆ ਚੀਜ਼ ਜਿਵੇਂ ਬਾਈ ਕਾਗਜ਼ੀ ਲੇਵਾ ਲੱਗਿਆ, ਕਾਗਜ਼ੀ ਹਜੇ ਬਣੂਗੀ ਜਦੋਂ ਇੱਧਰਲੇ ਬੰਨੇ ਜਾਊਗੀ। ਇੱਥੋਂ ਦਿਖਾ ਦੀ ਗਰੀ, ਇੱਥੋਂ ਦਿਖਾ ਦੀ ਝੋਲੀ ਕਿੰਨੀ ਰੱਖਦੀ ਅੱਗੇ ਪਿੱਛੇ ਦੀ, ਤੇ ਸੁਭਾਅ ਦੀ ਆ ਗਈ ਬਿਲਕੁਲ ਠੰਡੀ ਸੀ ਲੈ, ਜਿਵੇਂ ਮਰਜ਼ੀ ਹੱਥ ਮਾਰੀ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਪਰੇਸ਼ਾਨ ਨਾ ਕਰ ਜਾਵੇ। ਇਹਦਾ ਰੇਟ ਕੀ ਰਹੂਗਾ ਬਾਈ? ਇਹ 75,000 ਰੁਪਏ ਦੇ ਦਾਂਗੇ। ਫਿਕਸ ਜੀ? ਫਿਕਸ ਜੀ, ਆਪਾਂ ਜ਼ਿਆਦਾ ਮੁੱਲ ਝੋਲੀ ਤਾਂ ਇਹਦਾ ਐਂ ਕਹਿੰਦੀ ਵੀ ਮੇਰਾ ਚਾਹੇ 90 ਮੰਗਲਾ ਚਾਹੇ 95 ਮੰਗਲਾ, ਠੀਕ ਹੈ, ਪਰ ਆਪਾਂ ਜਦੋਂ ਚੀਜ਼ ਵੇਚਣ ਵਾਲੀ ਪਾਸੇ ਹੋਗੇ ਪਰਾਂ ਵੇਚੋ ਪਰਾਂ, ਠੀਕ ਆਪਾਂ ਲਾਲਚ ਕਰਨਾ ਹੀ ਨਹੀਂ ਹੈ। ਇਹਦਾ ਰਿਕਾਰਡ ਕੀ ਦੱਸਿਆ ਦੁੱਧ ਬਾਈ? ਇਹਦਾ 24-25 ਕਿਲੋ ਦਾ ਰੀਅਲਟੀ ਵਾਲਾ ਦੁੱਧ ਦਿੱਤਾ ਹੋਇਆ ਗੁਰੀ। ਠੀਕ ਹੈ ਗੱਲ, ਇੱਥੋਂ ਗਹਿਰੀ ਗੈਪ ਦਿਖਾ ਦੇ, ਥਣ ਫੁੱਟ ਫੁੱਟ ਤੇ ਪਿਆ ਇਹਦਾ, ਤੇ ਬਾਕੀ ਗੁਲਾਬੀ ਕਲਰ ਦਾ ਥਣ ਲੱਗਿਆ, ਜਿਵੇਂ ਤੁਹਾਨੂੰ ਦੱਸਿਆ ਵੀ 90% ਜਰਸੀ ਦੇ ਵਿੱਚ ਆ ਗਈ, ਬੱਚਾ ਜਰਸੀ ਦਾ ਪਿਓਰ ਪਾ ਦੂ, ਤੇ ਸੁਭਾਅ ਦੀ ਜਿਵੇਂ ਬਾਈ ਨੇ ਦੱਸਿਆ ਸੁਭਾਅ ਦੀ ਠੰਡੀ ਸੀ। ਜਿਹੋ ਜਿਹਾ ਸੀਮਨ ਲਵਾ ਲਓਗੇ ਯਾਰ, ਉਹੋ ਜੀ ਬੱਚਾ ਪਾ ਦੇਣਾ ਬਾਈ। ਨੰਬਰ ਬੋਲ ਦੋ ਬਾਈ। ਨੰਬਰ ਆਪਣਾ ਹੈਗਾ 97796-21-161। 97796-21-161 ਤੇ ਥਣ ਦਾ ਸਾਈਜ਼ ਦਿਖਾ ਦਈਏ, ਦੇ ਮੁੱਠੀ ਵਾਲਾ ਥਣ ਲੱਗਿਆ ਹੈ। ਏਦੂ ਠੰਡੀ ਦਾ ਹੁਣ ਤੁਹਾਨੂੰ ਕੀ ਦਿਖਾ ਦਈਏ, ਮੇਰਾ ਖੂਨ ਪਸੀਨੇ ਆ ਵੀਰੇ, ਗੱਭਣੇ ਆ। ਹਾਂ ਤੇ ਬਾਕੀ ਨੰਬਰ ਬਾਈ ਦਾ ਵੀਡੀਓ 'ਚ ਲਗਾਤਾਰ ਚੱਲਦਾ, ਜਿਹੜੇ ਭਰਾ ਨੂੰ ਨਾ ਤਿੰਨਾਂ ਬੈੜਾਂ 'ਚੋਂ ਕੋਈ ਵੀ ਪਸੰਦ ਆਉਂਦੀ ਆ, ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ। ਪਿੰਡ ਧੌਲਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ। ਧੰਨਵਾਦ।